ਦੇ ਰੰਗ। ਹਾਂਜੀ ਬਾਈ, ਹੈਪੀ ਹੋਲੀ ਸਾਰਿਆਂ ਨੂੰ। ਹੁਣ ਬੈਠੇ ਆਪਾਂ ਜਿੰਮ 'ਚ, ਜਿੰਮ ਤੋਂ ਚੱਲਦੇ ਹਾਂ ਬਾਹਰ। ਅੱਜ ਹੋਲੀ ਹੈ, ਦੇਖਦੇ ਹਾਂ ਕੀ ਬਣਦਾ ਬਾਹਰ ਨਿਕਲ ਕੇ। ਓਕੇ ਚੰਗਾ ਫਿਰ। ਹੈਂ, ਜਿਹੜੀ ਮਰਜ਼ੀ ਕੱਢ ਲੈ। ਤੇਰੀ ਭੈਣ ਕਾ ਜਨਤਾ, ਪਹਿਲੀ ਕਾਰਵਾਈ ਤੋਂ ਪਾ ਦੀ ਮੈਂ ਲੋਕਾਂ ਨੇ ਉਡਵਾ ਦੀਏ। ਲੈ ਨੀ ਫਿਰ ਦਿੰਦੇ ਨੀ, ਹੋ ਬੁੱਲ ਜਾਸ ਨਾ, ਹੋ ਖੇਡੋ ਸਵਾਦ ਨਾ ਲਿਓ। ਹੋਲੀ ਮਨਾਲੀ ਕਰ ਰਹੀ ਹੈ ਠੀਕ ਹੈ। ਕਾਰ ਆਪ ਆ ਗਿਆ ਐਡਵਾਂਸ। ਹੈਪੀ ਹੋਲੀ। ਕੀ ਚੱਲਦਾ ਪਿਆ ਕਿੱਥੇ? ਜਿਮ ਚੋਂ ਆਇਆ ਸੀ ਨਾ। ਜਿਮ ਚ ਨੀ, ਉਹਨਾਂ ਨੂੰ ਫੋਨ ਲਾ ਕਰ, ਇਕੱਠੇ ਹੋ ਕੇ ਗਏ ਨੇ ਇਧਰੋਂ ਗਏ ਉਹਨੇ। ਚੱਲ ਵੀ ਚੱਲਦੇ ਆ ਜਾ, ਫੋਨ ਤੇ ਲਾ, ਪੁੱਛ ਤੇ ਲਾ ਕਿੱਧਰ ਨੇ। ਤੂੰ ਲਾ ਫਿਰ ਫੋਨ, ਉਹ ਫੋਨ ਲੈ ਚੁੱਕ ਕੇ ਅੰਦਰੋਂ ਖਲੋ ਕੇ ਜਾ 2 ਮਿੰਟ। ਹਾਂਜੀ ਬਾਈ ਜੀ, ਉਦਾਸ ਕਿਉਂ ਬੈਠੇ ਹੋ ਆਪ ਦੱਸ। ਭਾਈ ਜੀ ਉਹਨੇ ਰੰਗ ਨਹੀਂ ਦਿੱਤਾ, ਨੇ ਇਹਨੂੰ ਰੰਗ ਨਹੀਂ ਦਿੱਤਾ ਤੂੰ। ਦਿੱਤੇ ਨੇ ਰੰਗ ਕਰ ਨੂੰ ਕਰਕੇ ਆਪ ਨੂੰ ਦਵਾ ਕੇ ਲਿਆਂਦਾ ਲਾ ਫੋਨ ਕਿੱਧਰ ਨੇ ਉਹ ਕਿਹੜੀ ਦੇ? ਚਲੋ ਚੱਲ ਸਿਸਟਮ ਬਿਠਾ ਦਾਂਗੇ ਜੇ ਬਾਬੇ ਕੀ ਸੀ ਬਸ ਉਹਨੂੰ ਚੁੱਪ ਕਰਾਈ ਚੱਲ ਹੁਣ ਵੇਖੀ ਝੱਗਾ ਉਹ ਲਾ ਦਾਂਗੇ। ਦੋ ਤੇ ਤਿੰਨ ਹੋ ਗਏ ਹੁਣ ਹਾਂ, ਉਹਦੇ ਮੋਲ ਇੱਕ ਨੰਬਰ ਤੇ ਬਣੇ ਆ। ਫਿਰ ਵੇਖੀ ਹੋਲੀ ਮਨਾਵਾਂਗੇ, ਮਨਾਈ ਜਾਏਗੀ। ਲੈ ਮਿੱਤਰੋ ਹੀ ਪਹੁੰਚ ਗਏ ਮੋਟਰ ਪੈ। ਹਾਂ ਹੁਣ ਤੁਹਾਨੂੰ ਰੀਤੀ ਰਿਵਾਜ ਵਿਖਾਵਾਂਗੇ, ਪਟੋਈ ਵਾਲੀ ਰਸਮ ਵੇਖੀ ਹੁਣ ਸਾਡੇ ਕਿਵੇਂ ਹੁੰਦੀ ਹੈ ਇੱਥੇ, ਤੁਹਾਨੂੰ ਲਾਈਵ ਵਿਖਾਵਾਂਗੇ। ਇਹ ਪਿੰਡ ਵਾਲਿਆਂ ਦੀ ਹੋਲੀ ਹੈ ਸਾਡੇ। ਮੈਨੂੰ ਤਾਂ ਦੇਖ ਕੇ ਦੇਖ ਕੇ ਦੇਖ ਕੇ ਦੇਖ ਕੇ ਨਾਕ ਨਾਕ ਲੱਗ ਰਿਹਾ। ਸਤਿ ਸ੍ਰੀ ਅਕਾਲ ਸਾਰਿਆਂ ਨੂੰ, ਬਹੁਤ ਵਧੀਆ ਹੋਲੀ ਹੈ, ਵਧੀਆ ਸਾਰੇ ਮੇਰੇ ਇਕੱਠੇ ਹੋ ਕੇ ਯਾਰ ਰੰਗ ਰੰਗ ਲਾ ਕੇ ਨਾ ਰੰਗ ਲਾ ਕੇ ਚੀਕ ਲਾਇਆ ਬਈ, ਆਹ ਲਾਈ ਹੈ ਮਿੱਟੀ ਬਚ ਗਿਆ ਅੱਖਾਂ ਜਿਹਾ ਮਾਰੀ ਭੈਣ ਦੇ ਚੱਟੀ ਜੇ।
ਕਵਰ ਤੋਂ ਲਿਓ ਖਸਮੋ ਯਾਰ ਉਹ ਲਿਮਨ ਵਾਲੇ ਲਵੇੜੇ ਤੋਂ ਹੋਏ ਯਾਰ ਅਗਲੇ ਤੇਰੀ ਪੇਟੀ ਆ ਵੀਡੀਓ ਬਣਾਤਾ ਵਧੀਆ ਹੀ ਨੂੰ ਆਪਣਾ ਆ ਮੈਨੇ ਮਗਰ ਮਗਰ ਆ ਪੂਰੀ ਦਿਖਾਈ ਯਾਰ ਬਾਈਂਡ ਕਰ ਲੈ ਕੱਲੇ ਮੈਨੂੰ ਨਾ ਦਿਖਾਵੇ ਆ ਜੀ 0 ਮਿੰਟ 5 ਮਿੰਟ ਠੀਕ ਕਿਸ ਤਰ੍ਹਾਂ ਮਨਾ ਬੈਂਚ ਤੋਂ ਗੇਟ ਲਾ ਕੇ ਮੈਨੇ ਕੀ ਕਰਿਆ ਮੈਂ ਬਾਹਰ ਖੜਾ ਨਹੀਂ ਯਾਰ ਕਮਾਲ ਕਰਾ ਯਾਰ ਨਹੀਂ ਹੈਗਾ ਯਾਰ ਗੇਟ ਖੋਲ ਕੇ ਦੇਖ ਲੈ ਯਾਰ ਹੱਦ ਦੇ ਤੇਰੀ ਯਾਰ ਬਸ ਥੋੜੇ ਥੋੜੇ ਲਪੇੜੇ ਤੇ ਲਪੇੜੇ ਲੈ ਪਾਣੀ ਪਾ ਗਿਆ ਪਾਣੀ ਪਾ ਗਿਆ ਉਹ ਨਾਲ ਪਾਣੀ ਆਂਦੇ ਤੇ ਪਾਣੀ ਲਾ ਠੀਕ ਹੈ ਵਾਧੂ ਬਣ ਕੇ ਉਹ ਆ ਗਏ ਬਾਈ ਬਾਰਾਂ 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 ਜੀ ਚੱਲ ਬੁੱਤੇ ਚੜ ਜਾ ਇੱਧਰ ਤੋਂ ਕਰਨ ਦਾ ਫਾਇਦਾ ਕੋਈ ਨਾ ਕਹਿੰਦੀ ਮੇਰਾ ਯਸੂ ਯਸੂ ਮੇਰਾ
يا بندے دیکھو جلاد بیٹھے ہیں میں بھی کائنات بیٹھے ہیں ہاں سارے جلاد نے تے شکار آ گیا او آ رہا شکار صاف ستھرا نہ ہو گیا ہے نا آ جا آ جا ਕਿੰਨੂੰ ਫੜਨ ਜਾ ਰਹੇ ਹਾਂ
ਸੂਟੀ ਬੰਦ ਹੋ ਗਈ ਪਿਛਲਾ ਮੱਛਰ ਵੇਖ ਜਿਵੇਂ ਕਰ ਜਾਊਗਾ ਸਹੀ ਬਣਿਆ ਤੂੰ ਉੱਥੇ ਨੀ ਗਿਆ ਸਾਲਿਆ ਉੱਥੇ ਆਵੇਂਗਾ ਮੇਰਾ ਗੇਟ ਮੇ ਹੱਥ ਆ ਗਿਆ ਭੇਜੂ ਇੱਧਰ ਦੇਈ ਮੜਾ ਇੰਟਰਵਿਊ ਮੈਂ ਤਾਂ ਆਪਣੇ ਸਾਰੇ ਭਾਈਚਾਰੇ ਨੂੰ ਕਹਿਣ ਲੱਗ ਰਿਹਾ ਵੀ ਮੈਨੂੰ ਖੀਰ ਲਵੈ ਲੈ ਜਾਓ ਖੀਰ ਲਵੈ ਲੰਗਰ ਲੱਗ ਰਿਹਾ ਖੀਰ ਕੋਲ ਲੈ ਜਾਓ ਮੈਨੂੰ ਬਸ ਮੇਰੇ ਤਾਂ ਸੁਪਨੇ ਖੀਰ ਹੀ ਆਈ ਜਾਂਦੀ ਹੈ ਪਲੀਜ਼ ਖੀਰ ਕੋਲ ਲੈ ਜਾਓ ਮੈਨੂੰ ਚੱਲੋ ਯਾਰ ਓਏ ਚੱਲੀਏ ਖੀਰ ਲਵੈ ਮੈਂ ਫੜੇ ਨੀ ਗਿਆ ਭੱਜ ਗਿਆ ਬੰਦਾ ਤੂੰ ਭੈਣ ਦੇ ਯਾਰ ਕੁਸ਼ਤੀ ਭਲਵਾਨ ਰਹਿ ਐ ਚੁੱਕ ਚੁੱਕ ਕੇ ਮਾਰਨ ਲੱਗ ਮੈਂ 8 ਕੋਲੀਆਂ ਖੀਰ ਦੀਆਂ ਖਾ ਕੇ ਨਾ ਤੁਹਾਡਾ ਨਾਮ ਰੋਸ਼ਨ ਕਰਾਂਗਾ ਇਹ 3 ਵਾਰ ਲੰਗਰ ਖਾ ਚੁੱਕਿਆ ਸਵੇਰ ਦਾ ਚਲੋ ਬਈ ਹਰਮਨ ਪੈ ਮਾਰ ਹਰਮਨ ਪੈ ਓਏ ਚਲੋ ਚੱਲੀਏ ਓਏ ਗੋ ਟੂ ਲੰਗਰ ਨੀ ਹੁਣ ਆਪਾਂ ਜਾ ਰਹੇ ਹਾਂ ਲੰਗਰ ਆਈ ਲਵ ਲੰਗਰ ਚਲੋ ਓਏ ਆ ਜਾ ਡਾ ਪਾਲਦੇ ਹਾਂ ਤੇ ਅੱਗ ਨਹੀਂ ਲੈਣੀ ਬਾਈ ਸਾਹਿਬ ਹਾਂ ਇਹ ਬੰਦਾ ਬਾਈ ਹੋਲੀ ਮਨਾਉਣ ਆਏ ਆ ਨਾ ਬਾਈ ਮੇਰੇ ਨੇੜੇ ਨਹੀਂ ਲੱਗਣਾ ਅੱਗ ਲਾ ਦੇਗਾ ਜੇ ਹੁਣ ਰੰਗ ਲਾਇਆ ਹੈ ਅੱਗ ਲਾ ਦੇਗਾ ਹਾਂ ਮੈਂ ਅੱਗ ਲਾਵਾਂਗਾ ਮੈਨੂੰ ਕੋਬਰਾ ਜੱਟ ਮਿਲ ਗਿਆ ਅੱਜ ਡਰੋ ਡਰੋ ਜੀ ਨਵੀਂ ਸਕੇ ਹੈ ਚੰਗਾ ਜੀ ਟਾਟਾ ਫਿਰ ਚੰਗਾ ਜੀ ਡਰ ਕਰਦੇ ਆ ਗੱਲ ਬਰਾਬਰ ਚੱਲ ਵਿਚਾਲੇ ਚੱਲ ਹਾਹਾਹਾਹਾ
ਤੋੜਦੀ ਹੁੰਦੀ ਕੇ ਤੋੜ ਪਿਛਲੀ ਉਹ ਪਹੁੰਚ ਗਿਆ ਮੰਜ਼ਲ ਵੇ ਮੰਜ਼ਲ ਨੇੜੇ ਆ ਬਸ ਐ ਲਾਣਾ ਵੀ ਮਾਊਂਟ ਐਵਰੈਸਟ ਤੇ ਪਹੁੰਚ ਗਏ ਵੀ ਇੰਨੀ ਖੁਸ਼ੀ ਹੈ ਪੁੱਲ ਤੇ ਪਹੁੰਚਣ ਦੀ ਨਾ ਬਾਈ ਰੰਗ ਨਾ ਲਾਈ ਪੱਕਾ ਲਾ ਗਿਆ ਉਹ ਰੰਗ ਲਾ ਗਿਆ ਤੇਰਾ ਯਾਰ ਉੱਚੀ ਪਚਕਾਰੀ ਮਾਰੀ ਸਾਲੇ ਨੇ ਐਂਬੂਲੈਂਸਾਂ ਪਹੁੰਚ ਰਹੀਆਂ ਨੇ ਲੈ ਸੰਗਤਾਂ ਚਲੋ ਯਾਰ ਜੱਤੀ ਜਾ ਉਹ ਮੋਟਰ ਮੈਂ ਭੇਜੂ ਦੋ ਚੱਕ ਲਈ ਜਿਵੇਂ ਮਰਜ਼ੀ ਕਰੋ ਖੁੱਲਾ ਜਿਹਾ ਭਾਂਡਾ ਮਿਲ ਜਾਏ ਨਾ ਇਹਨਾਂ ਨੂੰ ਬਸ ਲੰਗਰ ਦਾ ਪਤਾ ਨਹੀਂ ਕਿੱਥੋਂ ਇਹਨਾਂ ਨੂੰ ਨਸ਼ ਇਹਨਾਂ ਦੇ ਕੁੱਤੇ ਵਾਲੇ ਨੇ ਇਹਨਾਂ ਨੂੰ ਮੁਸ਼ਕ ਆ ਜਾਂਦੀ ਹੈ ਇਹਨਾਂ ਦੇ ਮੁਸ਼ਕ ਪਹਿਲਾਂ ਆਉਂਦੀ ਹੈ ਬਈ ਪਤਾ ਲੱਗ ਜਾ ਗਏ ਪਤਾ ਲੱਗ ਜਾਵੇ ਲੰਗਰ ਕਿਹੜਾ ਲੱਗ ਰਿਹਾ ਕੁੱਤੇ ਵਾਲੇ ਨੱਕ ਨੇ ਇਹਨਾਂ ਦੇ ਹਨੀ ਮਲਾਣਾ ਮਿਊਜ਼ੀਕਲ ਗਰੁੱਪ ਉਹਨਾਂ ਨੂੰ ਬੇਨਤੀ ਹੈ ਸਾਜੀ ਸਾਹਿਬਾਨਾਂ ਨੂੰ ਜਿੱਥੇ ਵੀ ਸਾਡੀ ਬਾਤ ਸੁਣਦੇ ਹੋਣ ਕਿਉਂਕਿ ਟਾਈਮ ਬਹੁਤ ਹੋ ਚੁੱਕਿਆ ਕਲਾਕਾਰ ਵੀ ਬਹੁਤ ਨੇ ਥੋੜ੍ਹਾ ਥੋੜ੍ਹਾ ਸਮਾਂ ਜੋ ਸਭ ਨੂੰ ਦੇਣਾ ਹੈ ਇਸ ਕਰਕੇ ਸਾਜੀ ਸਾਹਿਬਾਨਾਂ ਨੂੰ ਬੇਨਤੀ ਕਿਰਪਾ ਕਰਕੇ ਜਲਦੀ ਤੋਂ ਜਲਦੀ ਸਟੇਜ 'ਤੇ ਪਹੁੰਚਣ ਦੀ ਕਿਰਪਾਲਤਾ ਕਰੋ ਜੀ ਯਾ ਬੰਦਾ ਤਾਂ ਟੀਚਰਾਂ ਸੇ ਕਰ ਰਿਹਾ ਇਹਨੂੰ ਪੰਜ ਦਸ ਮਿੰਟਾਂ ਬਾਅਦ ਦੇਖੇਗਾ ਕੀ ਹਾਲ ਕਰਾਂਗੇ ਤੁਹਾਨੂੰ ਬੇਨਤੀ ਹੈ ਕੋਈ ਨਹੀਂ ਕਰ ਲੈ ਬੈਠੇ ਉਂਗਲਾਂ ਹਾਂ ਭੱਜੂ ਬਹੁਤ ਬਹੁਤ ਦੇ ਨਾਲ ਸਮੁੰਦਰ ਭਰ ਜਾਂਦਾ ਹੈ ਖਾਦਾ ਨਹੀਂ ਜਾਣ ਡਿਆ ਖਾ ਕੇ ਜਾਣਾ ਆਪਣੇ ਉਹ ਸਵਾਲ ਕੀਤੀ ਹੋਈ ਦਾਤ ਦੇ ਵਿੱਚੋਂ ਜਿਨ੍ਹਾਂ ਦੀ ਸਹਿਯੋਗ ਇਸ ਮਹਾਨ ਜੱਗ ਦੇ ਵਿੱਚ ਕਿਸੇ ਨੇ ਵੀ ਪਾਣਾ ਬਜ਼ੁਰਗ ਜੋ ਬੋਰਡ ਦੀ ਛਾਂ ਦੇ ਥੱਲੇ ਬੈਠੇ ਨੇ ਛਾਵਾਂ ਠੰਡੀਆਂ ਨੇ ਬੋਰਡ ਦੀਆਂ ਇਹ ਸੰਤਾਂ ਮਹਾਤਮਾ ਦੇ ਲਾਏ ਹੋਏ ਕੜਾਈ ਤਿਆਰੀ ਹੈ ਇੱਕੋ ਬੰਦਾ ਆ ਫਿਰ ਆਪਣੇ ਉਹ ਫਿਰਿਆ ਸੁੱਕਾ ਉਹ ਲੰਘ ਗਿਆ ਤੋਂ ਸਾਡੇ ਮੀਟਿੰਗ ਕੋਲ ਮੈਡਮ ਸੇਜਾ ਗੁਰ ਮਾਤਾ ਜੀ ਦਾ ਬਹੁਤ ਚੁੱਕੇ ਉਹ ਖੜ ਜਾ ਰੰਗ ਲਾ ਦੇ ਰੰਗ ਹੈ ਹੀ ਨਹੀਂ ਮੈਡਮ ਮੀਟਿੰਗ ਕੋਲ ਗੁਰਤਾ ਵੱਢ ਲਿਆ ਪਏ ਅਤੇ ਚਲਿਏ ਮੈਡਮ ਸਾਹਿਬ ਜੀ ਗੱਡੀਆਂ ਹਟ ਗਿਆ ਤੇਰਾ
ਗੱਡੀਆਂ ਵਿੱਚ ਬੈਠ ਜਾਓ ਬੰਦੇ ਆ ਗਏ ਬਾਹਰ ਯਾ ਦੇਖੋ ਜੇ ਵਾ ਖੜਿਆ ਨਾ ਤੋ ਕਾ ਪੜਿਆ ਥਾ
ਪਾਣੀ ਪੂਣੀ ਨਹੀਂ ਪਾਣਾ ਭਾਈ ਭਾਈ ਪਾਣੀ ਨਹੀਂ ਪਾਣਾ ਭਾਈ ਬਣ ਕੇ ਯਾਰ ਹੈ ਲਿਕੁਇਡ ਨਹੀਂ ਚੱਲੇਗਾ ਸੁੱਕਾ ਮਾਲ ਰੰਗ ਦਿਖਾ ਦੇ ਰੰਗ ਮੇਰੇ ਮੂੰਹ ਮੂੰਹ ਪਹਿਲਾ ਲਿਆ ਨਾ ਕੱਟ ਮੇਰੇ ਖਾ ਖਾ ਕੇ ਮੇਰੇ ਸਾਹ ਖੜ ਜਾ ਫੋਨ ਤੋਂ ਫੜ ਲਿਓ ਯਾਰ ਤੇਰੇ ਮੂੰਹ ਮੂੰਹ ਪਹਿਲਾਵਾਂਗੇ ਫੋਨ ਤੋਂ ਫੜਾ ਦੇ ਕਿਸੇ ਨੂੰ ਕੈਂਪਰੇ ਲਿਆ ਬਾਈ ਕਿਸ ਫੋਨ ਫੜ ਹੋਰ ਵੀ ਆ ਬਾਹਰ ਆ ਹਾਂ ਉਹ ਠੀ ਚੱਲਾ ਬਾਹਰ ਆ ਯਾਰ ਲਾਵ ਲੂਵਰ ਸਾਰੇ ਕਿਉਂ ਰੰਗਿਆ ਹੋ ਯਾਰ ਮੈਨੂੰ ਤੁਮ ਅੱਗ ਮੈਂ ਇਤਰੀ ਅੰਦਰ ਤੇਰਾ ਦਰ ਨਾਲ ਜਾ ਰਹਾ ਹਾਂ ਦੇਖਦਾ ਹੋਰ ਕੌਣ ਜਾਏਗਾ ਹੈ ਮੈਂ ਗੇਟ ਲਾ ਕੇ ਭੱਜੂ ਸਰ ਭੱਜਾਂਗੇ ਗੋਲੀ ਦੇ ਗੋਲੀ ਕਿੱਥੇ ਲੈ ਪਹਿਲਾਂ ਕ੍ਰਿਸ਼ਨ ਲਾ ਲਾਂਦੇ ਲੈ ਖੜ ਜਾ ਪਹਿਲਾਂ ਕ੍ਰਿਸ਼ਨ ਲਾ ਲਾਂਦੇ ਬਾਈ ਮੂੰਹ ਭਾ ਲਾ ਲੇ ਬਿਚ ਨਾ ਵਾਧੂ ਬੜਾ ਪੈਕਟ ਪੜਿਆ ਏਦਾਂ ਓਠਾ ਪੜਿਆ ਯਾਰ ਤੂੰ ਥੋੜਾ ਥੋੜਾ ਲੈ ਗੋਲੀ ਚੋਂ ਪੈ ਗਿਆ ਉੜਾ ਥੋੜੀ ਆਏਗਾ ਉੱਠ ਆਏਗਾ ਰੋਡ ਤੇ ਕਲਾਕਾਰੀ ਦਿਖਾਣੀ ਹੈ ਤੁਮ ਕਿੱਧਰ ਜਾਓਗੇ ਇਹਨਾਂ ਕਿੱਧਰ ਜਾਓਗੇ ਬਸ ਲਾਸਟ ਟਾਰਗੇਟ ਮੈਂ ਥਾ ਸਰਾ ਉਸ ਤੋਂ ਬਾਅਦ ਉਸਾ ਕੋਈ ਪ੍ਰੋਗਰਾਮ ਨਹੀਂ ਅੱਜ ਕੇ ਕੋਈ ਪ੍ਰੋਗਰਾਮ ਨਹੀਂ ਪ੍ਰੋਗਰਾਮ ਸਾਰੇ ਚੱਲ ਕੇ ਆ ਲੰਗਰ ਦੇ ੜੇ ਖਾਏ ਉਹ ਖਾਏ ਰੇ ਲੰਗਰ ਦਾ ਹੋਰ ਇਕਰ ਸੇਵਕ ਪੰਡਤ ਜੀ ਸਾਰਿਆਂ ਦਾ ਇੱਕ ਇੱਕ ਨਗਰ ਲਾ ਗਏ ਲਾਏ ਨੇ ਇਸ ਕਈ ਗੋੜਾ ਇਸ ਕਈ ਰਹਿ ਰਹੇ ਨੇ ਰੰਗ ਰੰਗ ਪ੍ਰੋਗਰਾਮ ਰਾ ਦਿੰਦੇ ਚੱਲ ਜਾ ਮੋਸੀਕੀ ਮੋ ਯਾ ਬੋਗੀ ਵਿਆਹ ਲੈ ਕੇ ਆਣਾ ਮੇਰੇ ਲੈ ਬੰਦੇ ਨਾ 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 ਤੇਰੀ ਸੀਸੀ ਵੀ ਤੇਰੀ ਸੁਣ ਨਾ ਨਾ ਆ ਯਾ ਸਭ ਤੋਂ ਜ਼ਿਆਦਾ ਆਇਆ ਲਵੇੜਾ ਮਿਸਿੰਗ ਸੀਟ ਮਿਸ ਹੋ ਗਿਆ ਨਾਲੇ ਕੱਸ ਲੋ ਰੇ।